ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 28 ਅਗਸਤ ਹੈ ਦਿਨ ਸੋਮਵਾਰ ਹੈ ਨਾਨਕਸ਼ਹੀ ਸੰਮਤ 555 ਦੇ ਮੁਤਾਬਕ ਅੱਜ 12 ਭਾਦੋਂ ਚੜ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਨੇ ਕੱਲ ਐਤਵਾਰ ਤੋਂ ਬਾਅਦ ਅੱਜ ਸੋਮਵਾਰ ਨੂੰ ਫੇਰ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਇਸ ਤੋਂ ਬਾਅਦ ਹਾਲਾਂਕਿ ਕਈ ਦਿਨ ਮੌਸਮ ਖੁਸ਼ਕ ਰਹੇਗਾ 29 ਅਗਸਤ ਤੋਂ ਲੈ ਕੇ 2 ਸਤੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਪੂਰਾ ਪੰਜਾਬ ਸੁੱਕਾ ਰਹੇਗਾ ਮੀਂਹ ਪੈਣ ਦੀ ਕੋਈ ਵੀ ਖੁਆਣੀ ਜਾਰੀ ਨਹੀਂ ਕੀਤੀ ਗਈ ਹੈ ਹਾਲਾਂਕਿ ਕੱਲ ਵੀ ਕਿਤੇ ਮੀਂਹ ਪੈਣ ਦੀ ਖਬਰ ਨਹੀਂ ਮਿਲੀ ਅੱਜ ਜੇ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪਿਆ ਤਾਂ ਸਾਨੂੰ ਜ਼ਰੂਰ ਦੱਸਿਓ ਪੰਜਾਬ 'ਚ ਹੜ੍ਹਾਂ ਦੇ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਸਤਲੁਜ ਦੀ ਮਾਰ ਹਾਲੇ ਤੱਕ ਤਰਨਤਾਰਨ ਜ਼ਿਲ੍ਹੇ ਦੇ ਲੋਕਾਂ ਤੇ ਪੈ ਰਹੀ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੜੂਮ ਨੇੜੇ ਸਤਲੁਜ ਦਰਿਆ ਦੇ ਵੰਨਚਪਾੜ ਕਾਰਨ ਜਿੱਥੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਉੱਥੇ ਹੀ ਇਲਾਕੇ ਦੇ ਲੋਕ ਬਿਜਲੀ ਤੇ ਪੀਣ ਵਾਲੇ ਪਾਣੀ ਸਣੇ ਹੋਰ ਸਹੂਲਤਾਂ ਨੂੰ ਤਰਸ ਰਹੇ ਨੇ ਦਰਿਆ ਦੇ ਬੰਨ ਚ ਪਾੜ ਪੈਣ ਕਾਰਨ ਜਦੋਂ ਪਾਣੀ ਕਈ ਕਿ ਫੁੱਟ ਤੱਕ ਪਿੰਡਾਂ ਦੇ ਵਿੱਚ ਖੜਾ ਹੈ ਤਾਂ ਕਿਸੇ ਵੀ ਅਣ ਸੁਖਾਵੀ ਘਟਨਾ ਤੋਂ ਬਚਾਦ ਲਈ ਬਿਜਲੀ ਵਿਭਾਗ ਨੇ ਕੜੂਮ ਪਿੰਡ ਸਮੇਤ 19 ਪਿੰਡਾਂ ਦੇ ਵਿੱਚ ਬਿਜਲੀ ਸਪਲਾਈ ਬੰਦ ਕਰ ਰੱਖੀ ਹੈ ਕੁਝ ਲੋਕ ਤਾਂ ਆਪਣੇ ਘਰਾਂ ਚ ਪਾਣੀ ਆਉਣ ਤੋਂ ਪਹਿਲਾਂ ਹੀ ਸੁਰੱਖਿਅਤ ਥਾਵਾਂ 'ਚ ਚਲੇ ਗਏ ਸੀ ਪਰ ਜਿਹੜੇ ਲੋਕ ਪਾਣੀ ਦੇ ਅੰਦਰ ਹੀ गिर ਗਏ ਉਹ ਬਿਜਲੀ ਵਰਗੀਆਂ ਸਹੂਲਤਾਂ ਤੋਂ ਵਾਂਝੇ ਨੇ ਹਾਲਾਂਕਿ ਬਾਬਾ ਬਿਦੀਚੰਦ ਸੰਪਰਦਾ ਨੇ ਹਰੀਕੇ ਦੇ ਡੇਰੇ ਤੋਂ ਇਹਨਾਂ ਪਿੰਡਾਂ ਦੇ ਲੋਕਾਂ ਤੱਕ ਪੀਣ ਵਾਲੇ ਪਾਣੀ ਦੇ ਟੈਂਕਰ ਭੇਜਨੇ ਸ਼ੁਰੂ ਕੀਤੇ ਨੇ ਟੈਂਕਰ ਬਾਰੇ ਗੁਰੂ ਘਰ ਤੋਂ ਮੁਨੇਯਾਦੀ ਕਰਵਾਈ ਜਾਂਦੀ ਹੈ ਤੇ ਲੋਕ ਬਾਲਟੀਆਂ 'ਚ ਪਾਣੀ ਲੈ ਕੇ ਜਾਂਦੇ ਨੇ ਕੁਝ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਸਮਰਸੀਬਲ ਜਾਮ ਹੋ ਗਏ ਨੇ ਜਾਂ ਫਿਰ ਉਹਨਾਂ ਚ ਗਾਰੇ ਵਾਲਾ ਪਾਣੀ ਹੀ ਨਿਕਲਦਾ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਹੈ ਜਿਹੜਾ ਉਹ ਪੂਰਾ ਦਾ ਪੂਰਾ ਪਾੜ ਨੂੰ ਪੂਰਨ ਵੱਲ ਹੀ ਲੱਗਿਆ ਹੋਇਆ ਹੈ ਹਾਲਾਂਕਿ ਆਮ ਲੋਕ ਫੇਰ ਵੀ ਪ੍ਰਸ਼ਾਸਨ ਤੋਂ ਕਿਤੇ ਵੱਧ ਗਿਣਤੀ ਦੇ ਵਿੱਚ ਪਾੜ ਪੂਰਨ ਦਾ ਕੰਮ ਕਰ ਰਹੇ ਨੇ ਤੇ ਪ੍ਰਸ਼ਾਸਨ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਬਿਲਕੁਲ ਹੀ ਭੁਲਾ ਦਿੱਤਾ ਹੈ। ਬਿਜਲੀ ਪਾਣੀ ਦੀ ਮੁਸ਼ਕਲ ਜਿਹੜੀ ਲੋਕਾਂ ਨੂੰ ਆ ਰਹੀ ਹੈ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਤੇ ਜਦੋਂ ਇਸ ਬਾਰੇ ਪੱਤਰਕਾਰਾਂ ਨੇ ਡੀਸੀ ਸੰਦੀਪ ਕੁਮਾਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਿਰਫ ਦੋ ਟੁਕ ਜਵਾਬ ਦਿੱਤਾ ਕਿ ਅਸੀਂ ਦੇਖਾਂਗੇ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਹਾਲੇ ਤੱਕ ਉਹਨਾਂ ਨੂੰ ਮੁਆਵਜ਼ੇ ਦਾ ਇੱਕ țeਲਾ ਵੀ ਨਹੀਂ ਭੇਜਿਆ। ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ ਪਾੜ ਦੇ ਅੱਜ ਤੱਕ ਪੂਰਲੇ ਜਾਣ ਦੀ ਪੂਰੀ ਉਮੀਦ ਹੈ ਫਿਰੋਜ਼ਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹੜ੍ਹਾਂ ਦੀ ਮਾਰ ਕਾਰਨ ਲੋਕ ਜਦੋਂ ਆਪਣੇ ਘਰਾਂ ਚ ਪਾਣੀ ਆਉਣ ਤੋਂ ਬਾਅਦ ਰਾਹਤ ਕੈਂਪਾਂ ਦੇ ਵਿੱਚ ਚਲੇ ਗਏ ਸਨ ਤੇ ਹਾਲੇ ਤੱਕ ਉਹਨਾਂ ਦੀ ਘਰ ਵਾਪਸੀ ਨਹੀਂ ਹੋ ਸਕੀ ਹੈ ਇਹ ਲੋਕ ਆਪਣੇ ਘਰ ਪਰਤਣ ਦੀ ਰਾਹ ਹਾਲੇ ਤੱਕ ਉਡੀਕ ਰਹੇ ਨੇ ਇਸ ਦਰਮਿਆਨ ਲੋਕ ਦੁਬਾਰਾ ਹੜ੍ਹ ਆਉਣ ਦੀ ਚੇਤਾਵਨੀ ਤੋਂ ਖੌਫ ਦੇ ਵਿੱਚ ਨੇ ਹਿਮਾਚਲ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ 15 ਸਤੰਬਰ ਤੱਕ ਅਲਰਟ ਰਹਿਣ ਲਈ ਕਿਹਾ ਹੈ ਮਖੂ ਇਲਾਕੇ ਦੇ ਹੜ੍ਹ ਦੀ ਮਾਰ ਹੇਠ ਆਏ 15 ਪਿੰਡਾਂ 'ਚੋਂ ਵੀ ਹਲੇ ਪਾਣੀ ਨਹੀਂ ਉਤਰਿਆ ਲੋਕਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਹੈ ਫਿਰੋਜ਼ਪੁਰ ਦੇ ਵਿੱਚ ਭਾਰਤ ਦਾ ਸਭ ਤੋਂ ਅਖੀਰਲਾ ਪਿੰਡ ਕਾਲੂਵਾਲਾ ਪ੍ਰਸ਼ਾਸਨ ਦੇ ਵੱਲੋਂ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਇੱਥੇ 50 ਦੇ ਕਰੀਬ ਰਹਿੰਦੇ ਪਰਿਵਾਰ ਨੇੜਲੇ ਪਿੰਡ ਦੁਲਚੀ ਦੇ ਗੁਰਦੁਆਰੇ ਤੇ ਸਕੂਲ ਦੇ ਵਿੱਚ ਰਹਿ ਰਹੇ ਨੇ ਕਾਲੂਵਾਲਾ ਉਹ ਪਿੰਡ ਹੈ ਜਿਹੜਾ ਤਿੰਨ ਪਾਸਿਆਂ ਤੋਂ ਸੱਤ ਉਸ ਦਰਿਆ ਦੇ ਨਾਲ ਕਿਰਿਆ ਹੋਇਆ ਤੇ ਚੌਥਾ ਪਾਸਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਸ ਪਿੰਡ 'ਚ ਪਹੁੰਚਣ ਵਾਸਤੇ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਜਾਂ ਫਿਰ ਸਾਲ ਦੇ ਵਿੱਚ ਕੁਝ ਸਮੇਂ ਲਈ ਭਾਰਤੀ ਫੌਜ ਆਪਣੀ ਸਹੂਲਤ ਲਈ ਇੱਥੇ ਆਰਜੀ ਪੁਲ ਦਾ ਪੁਲ ਦਾ ਨਿਰਮਾਣ ਕਰ ਲੈਂਦੀ ਹੈ ਇਲਾਕੇ ਦੇ ਲੋਕਾਂ ਦੇ ਦੱਸਣ ਮੁਤਾਬਿਕ ਪ੍ਰਸ਼ਾਸਨ ਅਤੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਹੜਪੀੜਤ ਲੋਕਾਂ ਨੂੰ ਮਦਦ ਦੇਣ ਦੇ ਵਿੱਚ ਜੁਟੀਆਂ ਹੋਈਆਂ ਸੀ ਉਹਨਾਂ ਦੀ ਮਦਦ ਵੀ ਘਟ ਚੁੱਕੀ ਹੈ ਇਸ ਦਰਮਿਆਨ ਪੰਜਾਬ ਸਰਕਾਰ ਲਗਾਤਾਰ ਮਦਦ ਦੇ ਦਾਅਵੇ ਕਰ ਰਹੀ ਹੈ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਲ ਮਜੀਠਾ ਹਲਕੇ ਦੇ ਪਿੰਡ ਤਨੇਲ ਜਿੱਥੋਂ ਦਾ ਇੱਕ ਬੱਚਾ ਮੀਂਹ ਦੇ ਪਾਣੀ ਦੇ ਵਿੱਚ ਹੜ੍ਹ ਦੇ ਪਾਣੀ ਚ ਵਹਿ ਗਿਆ ਸੀ ਉਸਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਚੈੱਕ ਦਿੱਤਾ ਉਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਕੁਦਰਤੀ ਕਰੋਪੀ ਕਾਰਨ ਜਿਹਦਾ ਜਿਹਦਾ ਵੀ ਨੁਕਸਾਨ ਹੋਇਆ ਸਭ ਦੀ ਪਰਪਾਈ ਸਰਕਾਰ ਕਰੇਗੀ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਵੀ ਲਗਾਤਾਰ ਫੰਡ ਆ ਰਹੇ ਨੇ ਕੱਲ ਫਰੀਦਕੋਟ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਭੋਲੂ ਵਾਲਾ ਤੇ ਚਨੰਦਾਸ ਬਾਂਸਲ ਦੇ ਵੱਲੋਂ ਰਾਈਸ ਮਿਲਰਸ ਫਰੀਦਕੋਟ ਦੇ ਸਹਿਯੋਗ ਨਾਲ ਹੜ੍ਹ ਪੀੜਤ ਇਲਾਕਿਆਂ ਲਈ 1.5 ਲੱਖ ਰੁਪਏ ਦੀ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਦੇ ਲਈ ਦਿੱਤੀ ਗਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ 64 ਸਾਲ ਦੀ ਉਮਰ ਦੇ ਵਿੱਚ ਕੱਲ ਸ਼ਾਮੀ ਅਚਾਨਕ ਅਕਾਲ ਚਲਾਣਾ ਕਰ ਗਏ ਨੇ ਉਨ੍ਹਾਂ ਦੇ ਦੇਹਾਂਤ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਧਾਰਮਿਕ ਤੇ ਸਿਆਸੀ ਲੀਡਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆਨੀ ਜਗਤਾਰ ਸਿੰਘ ਨੂੰ ਕੱਲ੍ਹ ਸ਼ਾਮ ਦਿਲ ਦਾ ਦੌਰਾ ਪਿਆ ਜਿਹੜਾ ਜਾਨਲੇਵਾ ਸਾਬਤ ਹੋਇਆ ਲੰਘੇ ਸਾਲ ਨਵੰਬਰ ਮਹੀਨੇ ਦੇ ਵਿੱਚ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾਮੁਕਤ ਹੋਏ ਸਨ ਕਈ ਸਾਲ ਉਹਨਾਂ ਨੇ ਇਸ ਅਹੁਦੇ ਦੀਆਂ ਸੇਵਾਵਾਂ ਨਿਭਾਈਆਂ ਸਨ ਅੱਜ ਗਿਆਨੀ ਜੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਐਸ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਜਗਤਾਰ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖੀ ਦੇ ਪ੍ਰਚਾਰ 'ਚ ਵੱਡਾ ਯੋਗਦਾਨ ਪਾਇਆ। ਮੁੱਖ ਗ੍ਰੰਥੀ ਦੀ ਸਤਿਕਾਰਯੋਗ ਪਦਵੀ ਤੇ ਰਹਿੰਦਿਆਂ ਕੌਮ ਨੂੰ ਬਾਣੀ-ਬਾਣੀ ਨਾਲ ਜੋੜੀ ਰੱਖਿਆ। ਉਹਨਾਂ ਦੇ ਅਕਾਲ ਚਲਾਣੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ਼੍ਰੀਮੰਜੀ ਸਾਹਿਬ ਦੀਵਾਨ ਹਾਲ 'ਚ ਹੋਏ ਗਿਆਨੀ ਜਗਤਾਰ ਸਿੰਘ ਦੇ ਸੇਵਾ ਮੁਕਤੀ ਦੇ ਸਮਾਗਮ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਇਹ ਤਸਵੀਰ 26 ਨਵੰਬਰ 2022 ਦੀ ਹੈ ਪੰਜਾਬ ਸਰਕਾਰ ਨੇ ਚાલુ ਵਰੇ ਦੌਰਾਨ ਦੂਜੀ ਵਾਰੀ ਮੁੱਖ ਮੰਤਰੀ ਤੇ ਕੈਬਨਿਟ ਵਜ਼ੀਰਾਂ ਦੇ ਇਖਤਿਆਰੀ ਕੋਟੇ ਦੇ ਫੰਡਾਂ ਤੇ ਕੱਟ ਲਾਉਣ ਦੀ ਤਿਆਰੀ ਖਿੱਚ ਲਈ ਹੈ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵੀ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਇਸ ਤਜਵੀਜ਼ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ ਕਿਫਾਇਤੀ ਮੁਹਿੰਮ ਦੇ ਤਹਿਤ ਆਪ ਸਰਕਾਰ ਆਪਣੇ ਖਰਚੇ ਘਟਾਉਣ ਹਿਤ ਅਜਿਹੇ ਕਦਮ ਚੁੱਕਣ ਦਾ ਦਾਅਵਾ ਕਰਦੀ ਹੈ ਹਾਲਾਂਕਿ ਫੈਸਲਾ ਵਜ਼ੀਰਾਂ ਨੂੰ ਫੰਡ ਹੱਥ ਘੁੱਟ ਕੇ ਵੰਡਣ ਦੇ ਲਈ ਵੀ ਮਜਬੂਰ ਕਰੇਗਾ ਮੁੱਖ ਮੰਤਰੀ ਦੀ ਇਖਤਿਆਰੀ ਗ੍ਰਾਂਟ 50 ਕਰੋੜ ਸਾਲਾਨਾ ਤੋਂ ਘਟਾ ਕੇ 37 ਕਰੋੜ ਰੁਪਏ ਸਾਲਾਨਾ ਕੀਤੀ ਜਾ ਰਹੀ ਹੈ ਤੇ ਕੈਬਨਿਟ ਮੰਤਰੀਆਂ ਨੂੰ ਮੌਜੂਦਾ ਸਮੇਂ ਜਿਹੜੀ ਇਖਤਿਆਰੀ ਗ੍ਰਾਂਟ 1.5 ਕਰੋੜ ਮਿਲਦੀ ਹੈ ਉਸ ਨੂੰ ਘਟਾ ਕੇ 1 ਕਰੋੜ ਕਰਨ ਦੀ ਵਿਉਂਤ ਹੈ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਕੈਬਨਿਟ ਵਜ਼ੀਰਾਂ ਨੂੰ 3 ਕਰੋੜ ਸਾਲਾਨਾ ਇਖਤ ਤੇ ਗ੍ਰਾਂਟ ਘਟਾ ਕੇ 1.5 ਕਰੋੜ ਰੁਪਏ ਸਾਲਾਨਾ ਪਹਿਲਾਂ ਹੀ ਕਰ ਦਿੱਤੀ ਗਈ ਸੀ ਤੇ ਹੁਣ 1.5 ਤੋਂ 1 ਕਰੋੜ ਕਰਨ ਦੀ ਤਜਵੀਜ਼ ਸਰਕਾਰ ਵੱਲੋਂ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਹੁਣ ਟੈਕਸ ਨੂੰ ਟਾਂਕਾ ਲਾਉਣ ਵਾਲੇ ਬੁਟੀਕ ਵੀ ਆ ਗਏ ਨੇ ਜਿਹੜੇ ਕਿ ਹਰ ਸਾਲ ਲੱਖਾਂ ਕਰੋੜਾਂ ਦੇ ਟੈਕਸ ਚੋਰੀ ਕਰ ਰਹੇ ਨੇ ਵਿੱਤ ਮੈਕਮੇ ਨੂੰ ਮੁਹੱਲਿਆਂ ਤੇ ਘਰਾਂ ਦੇ ਵਿੱਚ ਖੁੱਲੇ ਬੁਟੀਕ ਕੇਂਦਰਾਂ ਦੇ ਵਿੱਚ ਟੈਕਸ ਚੋਰੀ ਹੋਣ ਦੀ ਸੂਮਿਲੀ ਹੈ ਮੁਹਾਲੀ ਦੇ ਵਿੱਚ ਇੱਕ ਬੁਟੀਕ ਦੀ ਜਾਂਚ ਕੀਤੀ ਗਈ ਜਿਸ ਵਿੱਚ ਸਾਹਮਣੇ ਆਇਆ ਕਿ ਬੁਟੀਕ ਕੇਂਦਰ ਵੱਡੀ ਪੱਧਰ ਤੇ ਟੈਕਸ ਚੋਰੀ ਕਰ ਰਹੇ ਨੇ ਮੁਹਾਲੀ ਦੇ ਇਸ ਬੁਟੀਕ ਦੇ ਵਿੱਚ ਤਾਂ 16 ਲੱਖ ਰੁਪਏ ਦੀ ਸਾਲਾਨਾ ਟੈਕਸ ਚੋਰੀ ਫੜੀ ਗਈ ਹੈ ਸੂਤਰ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਦੀ ਕਮੈਲਾ ਵਿਧਾਇਕਾ ਨੇ ਵਿੱਤ ਵਿਭਾਗ ਦੇ ਧਿਆਨ ਚ ਮਾਮਲਾ ਲਿਆਂਦਾ ਹੈ ਜਿਸ ਨੂੰ ਬੁਟੀਕ ਤੋਂ ਇੱਕ ਸੂਟ ਦੀ ਕੀਮਤ 50000 ਰੁਪਏ ਹੋਣ ਦਾ ਪਤਾ ਲੱਗਿਆ ਹਾਲਾਂਕਿ 50000 ਰੁਪਏ ਤਾਂ ਕੁਝ ਵੀ ਕੀਮਤ ਨਹੀਂ ਹੈ ਕਈ ਬੁਟੀਕ ਅਜਿਹੇ ਨੇ ਜਿੱਥੇ ਲੱਖਾਂ ਦੀ ਕੀਮਤ ਦੇ ਵਿੱਚ ਇੱਕ ਇੱਕ ਸੂਟ ਤਿਆਰ ਕੀਤਾ ਜਾਂਦਾ ਹੈ ਤੇ ਵਿੱਤ ਵਿਭਾਗ ਨੇ ਅਧਿਕਾਰੀਆਂ ਦੀ ਟੀਮ ਨੂੰ ਬੁਟੀਕ ਕੇਂਦਰਾਂ ਦੀ ਸ਼ਨਾਖਤ ਕਰਨ ਵਾਸਤੇ ਹਦਾਇਤ ਕੀਤੀ ਹੈ ਪੰਜਾਬ ਦੇ ਮੋਹਾਲੀ ਪਟਿਆਲਾ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਬੁਟੀਕ ਦਾ ਵੱਡਾ ਕਾਰੋਬਾਰ ਹੈ ਯਾਨੀ ਕਿ ਬੀਬੀਆਂ ਦੇ ਕੱਪੜੇ ਬਣਾਉਣ ਡਿਜ਼ਾਈਨ ਕਰਨ ਦਾ ਵੱਡਾ ਕਾਰੋਬਾਰ ਹੈ ਬਹੁਤੇ ਬੁਟੀਕ ਕੇਂਦਰਾਂ ਦੇ ਵੱਲੋਂ ਆਨਲਾਈਨ ਵਿਕਰੀ ਵੀ ਕੀਤੀ ਜਾਂਦੀ ਹੈ ਤੇ ਵਿੱਤ ਵਿਭਾਗ ਵੱਲੋਂ ਸੋਸ਼ਲ ਮੀਡੀਆ ਦੀ ਛਾਣਬੀਣ ਵੀ ਕੀਤੀ ਜਾਵੇਗੀ ਜਿਨ੍ਹਾਂ ਬੁਟੀਕ ਕੇਂਦਰਾਂ ਨੇ ਆਪਣੇ ਪੇਜ ਬਣਾਏ ਹੋਏ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾਂਦਾ ਹੈ ਉਹਨਾਂ ਦੀ ਸੂਚੀ ਬਣਾਈ ਜਾਊਗੀ ਜਿਹੜੇ ਬੁਟੀਕ ਘੱਟ GST ਤਾਰਦੇ ਨੇ ਉਹਨਾਂ ਦੀ ਪੜਤ ਹੋਵੇਗੀ ਅਤੇ ਟੈਕਸ ਚੋਰੀ ਕਰਨ ਵਾਲਿਆਂ ਤੇ ਸਿਕੰਜਾ ਕੱਸਿਆ ਜਾਵੇਗਾ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਕਈ ਕਾਰੋਬਾਰੀ ادارے ਪਛਾਣੇ ਗਏ ਨੇ ਜਿਨ੍ਹਾਂ ਤੋਂ ਬਹੁਤ ਘੱਟ ਟੈਕਸ ਆ ਰਿਹਾ ਹੈ ਆਮਦਨ ਵਧਾਉਣ ਤੇ ਟੈਕਸ ਚੋਰੀ ਰੋਕਣ ਵਾਸਤੇ ਇਹ ਕਦਮ ਚੁੱਕੇ ਜਾ ਰਹੇ ਨੇ ਤਾਂ ਜੋ ਚੋਰੀ ਹੁੰਦਾ ਟੈਕਸ ਖਜ਼ਾਨੇ ਵਿੱਚ ਵਾਪਸ ਆ ਸਕੇ ਮੰਤਰੀ ਨੇ ਕਿਹਾ ਕਿ ਬੁਟੀਕ ਸੈਂਟਰਾ ਇੰਟਰਲੌਕ ਟਾਈਲਸਨ ਅਤੇ ਪ੍ਰਾਪਰਟੀ ਡੀਲਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਵਿੱਤ ਵਿਭਾਗ ਵੱਲੋਂ ਹੁਣ ਉਹਨਾਂ ਫਰਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਿਹੜੇ ਆਪਣਾ ਜੀਐਸਟੀ ਨੰਬਰ ਆਪਣੇ ਕਾਰੋਬਾਰੀ ਅਦਾਰੇ ਦੇ ਬਾਹਰ ਨਹੀਂ ਲਿਖਦੇ ਹਰ ਦੁਕਾਨਦਾਰ ਦੇ ਲਈ ਲਾਜ਼ਮੀ ਹੈ ਕਿ ਜੀਐਸਟੀ ਨੰਬਰ ਆਪਣੀ ਦੁਕਾਨ ਦੇ ਫਰੰਟ ਤੇ ਲਿਖਣ ਜਿਹੜੇ ਇਹ ਨਹੀਂ ਕਰਨਗੇ ਉਹਨਾਂ ਨੂੰ ਜੁਰਮਾਨੇ ਹੋਣਗੇ ਇਸ ਤੋਂ ਪਹਿਲਾਂ ਆਇਲਸ ਸੈਂਟਰਾਂ ਦੇ ਸਰਕਾਰ ਦੇ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ ਸੀ ਜਿੱਥੇ ਟੈਕਸ ਚੋਰੀ ਹੋਣ ਦਾ ਖੁਲਾਸਾ ਹੋਇਆ ਸੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਫਰੀਦਕੋਟ ਦੇ ਪਿੰਡ ਸਿਰਸੜੀ ਵਿਖੇ ਪਹੁੰਚੇ ਜਿੱਥੇ ਪਿਛਲੇ ਦਿਨੀ ਲਦਾਖ ਦੇ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਸ਼ਹੀਦ ਹੋਣ ਵਾਲੇ ਸੂਬੇਦਾਰ ਰਮੇਸ਼ ਲਾਲ ਦੇ ਪਰਿਵਾਰ ਨੂੰ ਮਿਲੇ ਦੁੱਖ ਸਾਂਝਾ ਕੀਤਾ ਅਤੇ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਪੰਜਾਬ ਸਰਕਾਰ ਦੇ ਵੱਲੋਂ ਚੈੱਕ ਵੀ ਸੌਂਪਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਦੇ ਨੌਜਵਾਨ ਹਮੇਸ਼ਾ ਦੇਸ਼ ਦੇ ਲਈ ਕੁਰਬਾਨੀਆਂ ਦੇਣ ਚਮੋਰੀ ਰਹੇ ਨੇ ਤੇ ਉਹਨਾਂ ਦੀ ਬਦੌਲਤ ਹੀ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨੇ ਇਸ ਮੌਕੇ ਸੀਐਮ ਨੇ ਪਿੰਡ ਸੇਸੜੀ ਦੇ ਵਿੱਚ ਸ਼ਹੀਦ ਰਮੇਸ਼ ਕੁਮਾਰ ਦੀ ਯਾਦਗਾਰ ਬਣਾਉਣ ਤੋਂ ਇਲਾਵਾ ਸ਼ਹੀਦ ਦੇ ਨਾਮ ਤੇ ਇੱਕ ਸੜਕ ਤੇ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ ਉਸ ਲਦਾਖ ਹਾਦਸੇ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਦੇ ਜਵਾਨ ਤਰਨਦੀਪ ਸਿੰਘ ਵੀ ਸ਼ਹੀਦ ਹੋਏ ਮੁੱਖ ਮੰਤਰੀ ਇੱਥੇ ਵੀ ਪਰਿਵਾਰਿਕ ਮੈਂਬਰਾਂ ਨੂੰ ਜਾ ਕੇ ਮਿਲੇ ਤੇ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਮੁੱਖ ਮੰਤਰੀ ਨੇ ਸ਼ਹੀਦ ਦੇ ਵਾਰਸਾਂ ਦੇ ਲਈ ਨੌਕਰੀ ਦਾ ਐਲਾਨ ਵੀ ਕੀਤਾ ਅਤੇ ਸ਼ਹੀਦ ਦੇ ਨਾਮ ਤੇ ਸਿੰਥੈਟਿਕ ਟਰੈਕ ਤੇ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ ਮੁੱਖ ਮੰਤਰੀ ਨੇ 10ਵੀਂ ਦੀ ਪ੍ਰੀਖਿਆ ਦੇ ਵਿੱਚੋਂ ਪੰਜਾਬ ਚੋਂ ਅਵਲ ਆਉਣ ਵਾਲੀ ਗਗਨਦੀਪ ਕੌਰ ਨੂੰ ਵੀ 51 51000 ਰੁਪਏ ਦੇਣ ਦਾ ਇੱਥੇ ਐਲਾਨ ਕੀਤਾ। ਨਾਲ ਹੀ ਇਹ ਵੀ ਕਿਹਾ ਕਿ ਅਗਲੇ ਮਹੀਨੇ ਫਰੀਦਕੋਟ ਦੇ ਵਿੱਚ ਸ਼ੁਰੂ ਹੋਣ ਵਾਲੇ ਬਾਬਾ ਫਰੀਦ ਆਗਮਨ ਪੁਰਬ ਦੇ ਵਿੱਚੋਂ ਨਿੱਜੀ ਤੌਰ ਤੇ ਸ਼ਿਰਕਤ ਕਰਕੇ ਮੇਲੇ ਨੂੰ ਵਿਰਾਸਤੀ ਮੇਲੇ ਦਾ ਦਰਜਾ ਦੇਣਗੇ। ਪੰਜਾਬ ਸਰਕਾਰ ਦੀ ਜਿਹੜੀ ਸ਼ਹੀਦਾਂ ਨੂੰ ਸਨਮਾਨ ਦੇਣ ਦੀ ਪਾਲਿਸੀ ਹੈ। ਜੀ। ਜੋ ਦਿੱਲੀ ਤੋਂ ਸ਼ੁਰੂ ਹੋਈ ਸੀ। ਅਰਵਿੰਦ ਕੇਜਰੀਵਾਲ ਜੀ ਨੇ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਤਾਂ ਦੇ ਦਿੱਲੀ ਦੇ ਪੰਜਾਬ ਦੀ ਗੱਲ ਕਰੀਏ ਬਾਕੀ ਦੇਸ਼ ਕਈ ਥਾਂ ਤੇ ਹੋਣ ਵੀ ਹੁੰਦਾ ਹੈ ਕਿ ਸ਼ਹੀਦ ਦੀ ਵਿਧਵਾ ਨੂੰ ਸਿਰਫ ਇੱਕ ਸਲਾਈ ਮਸ਼ੀਨ ਦੇ ਕੇ ਜੀ ਕਹਿਣ ਦੇ ਨੇ ਕਿ ਸ਼ਹੀਦਾਂ ਦੀ ਵਿਧਵਾ ਨੂੰ ਸਲਾਈ ਮਸ਼ੀਨਾਂ ਵੰਡੀਆਂ ਅਸੀਂ ਦੇਖੋ ਸ਼ਹੀਦ ਦੀ ਜਾਨ ਦਾ ਕਿਸੇ ਦੀ ਵੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਪਰ 1 ਕਰੋੜ ਰੁਪਈਆ ਅੱਜ ਅਸੀਂ ਸਨਮਾਨ ਰਾਸ਼ੀ ਦੇ ਤੌਰ ਤੇ ਪਰਿਵਾਰ ਨੂੰ ਦਿੱਤਾ ਹੈ 95.50 ਲੱਖ ਗਵਰਨਮੈਂਟ ਵੱਲੋਂ ਹੈ ਪਰ ਮੈਂ ਪਿਆਰ ਨਹੀਂ ਵੱਲੋਂ ਤਾਂ ਕਿ ਕਬੀਲਦਾਰੀ ਜੜੀ ਉਹ ਚੱਲ ਸਕੇ ਬੱਚਿਆਂ ਦੀ ਪੜ੍ਹਾਈ 'ਚ ਕੋਈ ਦਿੱਕਤ ਨਾ ਆਵੇ ਡੇਗਣਾ ਪਵੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਇਲਾਵਾ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਗਰਾਉਂ ਦੇ ਨਾਨਕ ਨਾਨਕ ਸਰ ਸੰਪਰਦਾਇ ਦੀ ਮੁਖ ਠਾਠ ਨਾਨਕ ਸਰ ਕਲੇਰਾ ਵਿੱਚ ਵੀ ਗਏ ਤੇ ਮੱਥਾ ਟੇਕਿਆ ਇਸ ਵਕਤ ਸਮਪਰਦਾਇ ਦੇ ਬਾਨੀ ਬਾਬਾ ਅਨੰਦ ਸਿੰਘ ਕਲੇਰਾਵਾਲਿਆਂ ਦੀ 80ਵੀਂ ਵਰ੍ਹੇ ਸੰਬੰਧੀ ਨਾਨਕ ਸਰ ਵਿਖੇ ਸਲਾਨਾ ਸਵਾਗਮ ਚੱਲ ਰਹੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੱਲ 50 ਹੈਡਮਾਸਟਰਾਂ ਦਾ ਦੂਜਾ ਬੈਚ ਵਿਸ਼ੇਸ਼ ਸਿਖਲਾਈ ਵਾਸਤੇ ਆਈਆਈਐਮ ਅਹਮਦਾਬਾਦ ਲਈ ਰਵਾਨਾ ਕੀਤਾ ਸਿੱਖਿਆ ਮੰਤਰੀ ਨੇ ਹਰੀ ਚੰਡੀ ਦਿਖਾਉਣ ਤੋਂ ਬਾਅਦ ਦੱਸਿਆ ਕਿ ਦੇਸ਼ ਵਿੱਚ ਧਾਰਮਿਕ ਅਸਹਿਣਸ਼ੀਲਤਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਦੇ ਸਕੂਲਾਂ ਦੇ ਵਿੱਚ ਰੋਜ਼ਾਨਾ ਸਵੇਰ ਦੀ ਸਭਾ ਦੇ ਵਿੱਚ ਆਪਸੀ ਭਾਈਚਾਰੇ ਸਬੰਧੀ ਜਾਗਰੂਕ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਮੌਕੇ ਸਿੱਖਿਆ ਮੰਤਰੀ ਨੇ ਯੂਪੀ ਦੇ ਇੱਕ ਸਕੂਲ ਦੇ ਵਿੱਚ ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਉਸ ਦਾ ਵੀ ਹਵਾਲਾ ਦਿੱਤਾ ਤੇ ਉਹਨਾਂ ਦੱਸਿਆ ਕਿ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਸਿੱਖਿਆ ਦੇਣ ਦੇ ਹੁਕਮ ਦਿੱਤੇਗੇ ਇਸ ਮੌਕੇ ਸਿੱਖਿਆ ਮੰਤਰੀ ਨੇ ਕੌਮੀ ਪੁਰਸਕਾਰ ਦੇ ਲਈ ਚੁਣੇ ਗਏ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ ਹੈ। ਦਰਅਸਲ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਵੱਲੋਂ 2023 ਵਿੱਚ ਅਧਿਆਪਕ ਦਿਹਾੜੇ ਮੌਕੇ ਦਿੱਤੇ ਜਾਣ ਵਾਲੇ ਕੌਮੀ ਅਧਿਆਪਕ ਪੁਰਸਕਾਰਾਂ ਦੀ ਸੂਚੀ ਵਿੱਚ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪਖੋਵਾਲ ਦੇ ਅੰਮ੍ਰਿਤਪਾਲ ਸਿੰਘ ਨੂੰ ਚੁਣਿਆ ਹੈ। ਅਸੀਂ ਟ੍ਰੇਨਿੰਗ ਸੈੱਲ ਦਾ ਗਠਨ ਕੀਤਾ ਪਿਛਲੇ ਸਾਲ ਤੇ ਲਗਾਤਾਰ ਪਿਛਲੇ ਸਾਲ ਤੋਂ ਸਾਡੇ ਟੀਚਰਸ ਦੇਸ਼-ਵਿਦੇਸ਼ ਦੇ ਬੈਸਟ ਇੰਸਟੀਚੂਟਸ ਤੋਂ ਟ੍ਰੇਨਡ ਹੋਣ ਜਾ ਰਹੇ ਆ ਜਿਦੇ ਵਿੱਚੋਂ 4 ਬੈਚ ਪ੍ਰਿੰਸੀਪਲਸ ਦੇ ਪੂਰੇ ਪੰਜਾਬ ਦੇ ਵਿੱਚੋਂ ਟੋਟਲ 138 ਪ੍ਰਿੰਸੀਪਲ ਹੁਣ ਤੱਕ ਸਿੰਗਾਪੂਰ ਤੋਂ ਟ੍ਰੇਨਿੰਗ ਲੈ ਚੁੱਕੇ ਆ ਤੇ ਨਾਲ ਹੀ ਹੈਡਮਾਸਟਰਸ ਕਿਉਂਕਿ ਹਾਈ ਸਕੂਲ ਦੀ ਜ਼ਿੰਮੇਵਾਰੀ ਹੈਡਮਾਸਟਰਸ ਤੇ ਹੁੰਦੀ ਹੈ ਇਹ ਦੂਜਾ ਬੈਚ ਅੱਜ ਦੂਜਾ ਬੈਚ 50 ਹੈਡਮਾਸਟਰਸ ਦਾ ਆਈ ਐਮ ਅਹਮਦਾਬਾਦ ਜੋ ਦੇਸ਼ ਦਾ ਨੰਬਰ 1 ਮੈਨੇਜਮੈਂਟ ਇੰਸਟੀਚਿਊਟ ਉਸ ਤੇ ਟ੍ਰੇਨਿੰਗ ਲੈਣ ਜਾ ਰਹੇ ਆ ਇਹ ਇੱਕ ਵੱਡੀ ਉਪਲਬਧੀ ਹੈ ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਚਾਹੇ ਨਤੀਜੇ ਹੋਣ ਇਸ ਵਾਰ ਦੇ ਜਿਹੜੇ ਬੋਰਡ ਦੀਆਂ ਪ੍ਰੀਖਿਆਵਾਂ ਸੀਗੀਆਂ ਉਹ ਕੋਵਿਡ ਤੋਂ ਬਾਅਦ ਪਹਿਲਾ ਪ੍ਰੋਪਰ ਐਗਜ਼ਾਮ ਹੋਏ ਹਾਲਾਂਕਿ ਬਾਕੀ ਸਟੇਟਸ ਦੇ ਵਿੱਚ ਰਿਜ਼ਲਟ ਮਾੜੇ ਆ ਕਿਉਂਕਿ ਬੱਚੇ ਆਨੇ ਮੋਬਾਈਲ ਤੇ ਪੇਪਰ ਦਿੱਤੇ ਪਿਛਲੇ 2 ਸਾਲਾਂ ਤੋਂ ਪੇਪਰ ਦੇਣ ਦਾ ਜਿਹੜਾ ਉਹਨਾਂ ਦਾ ਫਲੋ ਨਹੀਂ ਬਣ ਪਾਇਆ ਸੀ ਪਰ ਡਿਸਪਾਈਟ ਇਸ ਵਾਰੀ ਅਸੀਂ ਮਿਸ਼ਨ 100% ਚਲਾਇਆ ਸੀ ਪੰਜਾਬ ਨੇ ਸਭ ਤੋਂ ਸ਼ਾਨਦਾਰ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਅਗਰ ਨਤੀਜਾ ਦਿੱਤਾ ਹੈ ਉਹ ਇਸ ਸਾਲ ਦਿੱਕਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ لال ਪ੍ਰੋਹਿਤ ਦਰਮਿਆਨ ਜਿਹੜਾ ਟਕਰਾਅ ਚੱਲ ਰਿਹਾ ਹੈ ਉਹਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਵੀ ਐਂਟਰੀ ਹੋਈ ਹੈ ਦਰਸਲ ਰਾਜਪਾਲ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਨੂੰ ਅਤੇ ਮਣੀਪੁਰ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਰਾਜਪਾਲ ਨੂੰ ਪੁੱਛਿਆ ਸੀ ਕਿ ਤੁਸੀਂ ਹਮੇਸ਼ਾ ਆਪਣੇ ਹੀ ਸੂਬੇ ਦੇ ਪਿੱਛੇ ਪਏ ਰਹਿੰਦੇ ਹੋ ਜਦਕਿ ਬੀਜੇਪੀ ਸ਼ਾਸਿਤ ਦੋ ਸੂਬੇ ਹਰਿਆਣਾ ਅਤੇ ਮਣੀਪੁਰ ਦੇ ਵਿੱਚ ਫਿਰਕੂ ਹਿੰਸਾ ਪੜਕੀ ਹੋਈ ਹੈ ਉੱਥੇ ਤਾਂ ਕਹਿੰਦੇ ਉਹਨਾਂ ਦੇ ਰਾਜਪਾਲਾਂ ਨੇ ਕੋਈ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਨਹੀਂ ਕੀਤੀ ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬੋਲੇ ਨੇ ਕੱਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਵਾਬ ਭੇਜਦਿਆਂ ਕਿਹਾ ਕਿ ਹਰਿਆਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਕਿਸੇ ਨੂੰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਕਰ ਕਰਨ ਦੀ ਕਹਿੰਦੇ ਲੋੜ ਨਹੀਂ ਹੈ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਰਾਜਪਾਲ ਨੇ ਤਾਂ ਗੱਲ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੇ ਹਾਲਾਤ ਖਰਾਬ ਨੇ ਜੇ ਵਿਵਸਥਾ ਖਰਾਬ ਹੁੰਦੀ ਤਾਂ ਉਨ੍ਹਾਂ ਕੇ ਉੱਪਰ ਟਿੱਪਣੀ ਨਹੀਂ ਹੁੰਦੀ ਅਗਰ ਉਨ੍ਹਾਂ ਕੇ ਉੱਪਰ ਟਿੱਪਣੀ ਹੋਈ ਹੈ ਤਾਂ ਵਿਵਸਥਾ ਵਾਹ ਕੀ ਖਰਾਬ ਹੈ ਅਗਰ ਰਾਸ਼ਪਤਿ ਸਾਸਨ ਦੀ ਗੱਲ ਚੱਲੀ ਹੈ ਤਾਂ ਵਾਂਗ ਕੀ ਚੱਲੀ ਹੈ ਹਰਿਆਣਾ ਸੁਰੱਖਿਆ ਰੇਣਾ ਕਿ ਚਿੰਤਾ ਕੋਈ ਨਾ ਕਰ ਹਰਿਆਣਾ ਦੇ ਗਵਰਨਰ ਨੇ ਖੱਟਰ ਨੂੰ ਕੋਈ ਨੋਟਿਸ ਕੱਢਿਆ ਕਿ ਨੂਹ ਦੇ ਵਿੱਚ ਕੀ ਹੋਇਆ ਕਿੰਨਾ ਦੋ ਫਿਰਕਿਆਂ ਦੇ ਵਿੱਚ ਲੜਾਈ ਹੋਈ ਕਾਰਫੂ ਲਾਉਣੇ ਪਏ ਗੱਡੀਆਂ ਫੂਕਤੀਆਂ ਅੱਜ ਤੱਕ ਹਜੇ ਤੱਕ ਸਮਾਜਿਕ ਭਾਈਚਾਰੇ ਚ ਫੁੱਟ ਪਈ ਹੋਈ ਹੈ ਉਹਦੇ ਬਾਰੇ ਹਰਿਆਣਾ ਦੇ ਗਵਰਨਰ ਨੇ ਕੋਈ ਲੈਟਰ ਲਿਖਿਆ ਜੀ ਖੱਟਰ ਸਾਹਿਬ ਨੂੰ ਕਿਉਂਕਿ ਸਰਕਾਰ ਸੱਤਾਧਾਰੀ ਸੈਂਟਰ ਦੇ ਵਿੱਚ ਜਿਹੜੇ ਨੇ ਉਹਨਾਂ ਦੀ ਹੈ ਇਸ ਦਰਮਿਆਨ ਹਰਿਆਣਾ ਤੋਂ ਇੱਕ ਹੋਰ ਵੱਡੀ ਖਬਰ ਦੱਸ ਦਿੰਦੇ ਹਾਂ ਜਿੱਥੇ Hindu ਜਥੇਬੰਦੀਆਂ ਅੱਜ ਫੇਰ ਨੂ ਦੇ ਵਿੱਚ ਸ਼ੋਭਾ ਯਾਤਰਾ ਕੱਢਣ ਦੇ ਲਈ ਬਜ਼ਿੱਦ ਨੇ ਹਾਲਾਂਕਿ ਪ੍ਰਸ਼ਾਸਨ ਨੇ ਇਹ ਯਾਤਰਾ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਜਥੇਬੰਦੀਆਂ ਨੂੰ ਕਿਹਾ ਹੈ ਕਿ ਇਹ ਯਾਤਰਾ ਨਾ ਕੱਢੀ ਜਾਵੇ ਇਸ ਲਈ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। باوجود ਇਸ ਦੇ ਵਿਸ਼ਵ ਹਿੰਦੂ ਪਰਿਸ਼ਦ ਜਿਹੜੀ ਜਥੇਬੰਦੀ ਹੈ ਉਸ ਨੇ ਪੂਰੀ ਹੈਂਕੜ ਦੇ ਵਿੱਚ ਬਿਆਨ ਦਿੱਤਾ ਹੈ ਕਿ ਸਾਨੂੰ ਜਿਹੜੀ ਯਾਤਰਾ ਹੈ ਧਾਰਮਿਕ ਯਾਤਰਾ ਦੇ ਬਾਰੇ ਪਰਮਿਸ਼ਨ ਲੈਣ ਦੀ ਨਾ ਕੋਈ ਲੋੜ ਹੈ ਤੇ ਨਾ ਹੀ ਕਦੇ ਇਸ ਦੀ ਆਗਿਆ ਲਈ ਜਾਂਦੀ ਹੈ ਤੇ ਇਹ ਯਾਤਰਾ ਮਿੱਥੇ ਸਮੇਂ ਤੇ ਹੀ ਨਿਕਲੇਗੀ। ਇਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ। ਸੁਰੱਖਿਆ ਪੂਰੇ ਨੂਹ ਦੇ ਵਿੱਚ ਵਧਾ ਦਿੱਤੀ ਗਈ ਹੈ ਨੀ ਫੌਜੀ ਬਲਾਂ ਦੇ ਨਾਲ ਹੋਰ ਸੁਰੱਖਿਆ ਅਮਲਾ ਵੀ ਤਾਇਨਾਤ ਕੀਤਾ ਗਿਆ ਅੰਤਰਰਾਜੀ ਤੇ ਅੰਤਰ ਜ਼ਿਲ੍ਹਿਆਂ ਦੀਆਂ ਸਰਹੱਦਾਂ ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਸੰਵੇਦਨਸ਼ੀਲ ਜ਼ਿਲ੍ਹਿਆਂ ਦੇ ਵਿੱਚ ਮੋਬਾਈਲ ਇੰਟਰਨੈਟ ਤੇ SMS ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਨੇ ਸਿੱਖਿਆ ਸੰਸਥਾਵਾਂ ਤੇ ਬੈਂਕ ਵੀ ਨੂੰ ਦੇ ਵਿੱਚ ਬੰਦ ਰਹਿਣਗੇ ਦਫਾ 144 ਲਾਗੂ ਕਰ ਦਿੱਤੀ ਗਈ ਹੈ ਜ਼ਿਲ੍ਹੇ ਦੇ ਸਾਰੇ ਗੈਜ਼ਟਿਡ ਅਧਿਕਾਰੀਆਂ ਨੂੰ ਆਪਣੇ ਸਟੇਸ਼ਨਾਂ 'ਚ ਛੱਡਣ ਦੇ ਹੁਕਮ ਦਿੱਤੇ ਨੇ ਡੀਸੀ ਤ੍ਰੇਂਦਰ ਖੜਗਟਾ ਨੇ ਸਾਰੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਵੱਖ-ਵੱਖ ਖੇਤਰਾਂ ਦੇ ਵਿੱਚ ਡਿਊਟੀ ਮੈਜਿਸਟਰੇਟ ਤਾਇਨਾਤ ਕਰ ਰੱਖੇ ਨੇ ਤਾਂ ਜੋ ਇਲਾਕੇ ਦੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾ ਸਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸ਼ੋਭਾ ਯਾਤਰਾ ਕੱਢਣ ਦੀ ਕੋਈ ਪਰਵਾਨਗੀ ਨਹੀਂ ਹੈ ਹਾਲਾਂਕਿ ਲੋਕ ਆਪਣੇ ਇਲਾਕਿਆਂ ਦੇ ਵਿੱਚ ਜਲ ਅਭਿਸ਼ੇਕ ਕਰ ਸਕਦੇ ਨੇ ਮੰਦਰਾਂ ਦੇ ਵਿੱਚ ਜਾ ਕੇ ਹਰਿਆਣਾ ਦੇ ਆਈਜੀ ਰਜਿੰਦਰ ਕੁਮਾਰ ਨੇ ਵੀ ਕਿਹਾ ਕਿ ਵੀਐਚਪੀ ਨੂੰ ਯਾਤਰਾ ਨਾ ਕੱਢਣ ਦੇ ਲਈ ਸਮਝਾਇਆ ਜਾ ਰਿਹਾ ਹੈ ਅਬੀ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਕੋਈ ਪਰਮਿਸ਼ਨ ਨਹੀਂ دی ਗਈ ਹੈ ਔਰ ਹਮ ਆਪਸੀ ਜੋ ਹੈ ਸਮਝਾ ਬੁਝਾ ਕੇ ਸਮੁੱਚੇ ਕੰਟਰੋਲ ਕਰਨ ਲਈ ਅੱਜ ਆਪਣੇ ਉਹ ਕੋਸ਼ਿਸ਼ ਵੀ ਜਾਰੀ ਹੈ ਅਤੇ ਇਸ ਦੇ ਅਲਾਵਾ ਲੈਂਡ ਆਰਡਰ ਦੇ ਲਈ ਡਿਪਲॉयਮੈਂਟ ਕਾਫੀ ਹੱਦ ਤੱਕ ਕੀ ਜਾ ਚੁੱਕੀ ਹੈ ਡਿਪਲॉयਮੈਂਟ ਦੇ ਫਰੰਟ ਪੇ ਵੀ ਹਮ ਆਪਣਾ ਬੰਦੋਬਸਤ ਪੂਰਾ ਕਰਕੇ ਰੱਖਿਆ ਇਸ ਤੋਂ ਪਹਿਲਾਂ 31 ਜੁਲਾਈ ਨੂੰ ਵੀ ਜਦੋਂ ਜਲਬਿਸ਼ੇਕ ਯਾਤਰਾ ਕੱਢੀ ਗਈ ਸੀ ਤਾਂ ਟਕਰਾਅ ਹੋਇਆ ਸੀ ਦੋ ਭਾਈਚਾਰਿਆਂ ਦੇ ਵਿੱਚ ਜਿਸ ਨੇ ਫਿਰਕੂ ਹਿੰਸਾ ਦਾ ਰੂਪ ਧਾਰਨ ਕਰ ਲਿਆ ਸੀ ਵੱਡਾ ਨੁਕਸਾਨ ਮੁਸਲਿਮ ਭਾਈਚਾਰੇ ਦਾ ਹੋਇਆ ਸੀ 6 ਲੋਕ ਇਸ ਹਿੰਸਾ ਦੇ ਵਿੱਚ ਮਾਰੇ ਗਏ ਸਨ ਪਿਛਲੇ ਦਿਨੀ ਲੁਧਿਆਣਾ ਦੇ ਪਿੰਡ ਬੱਦੋਵਾਲ ਦੇ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਆਪਣੀ ਜਾਨ ਗੁਆਉਣ ਵਾਲੀ ਅਧਿਆਪਕਾ ਰਵਿੰਦਰ ਕੌਰ ਦੇ ਪਰਿਵਾਰ ਦੇ ਨਾਲ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਦੁੱਖ ਸਾਂਝਾ ਕੀਤਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਲੁਧਿਆਣਾ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਖਾਲ ਖੜੇ ਹੋਣ ਦਾ ਦਾਵਾ ਕੀਤਾ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਮਾਪੇ ਕੱਲ ਫੇਰ ਮੂਸਾ ਪਿੰਡ ਪਹੁੰਚਣ ਵਾਲੇ ਆਪਣੇ ਪੁੱਤ ਦੇ ਪ੍ਰਸ਼ੰਸਕਾਂ ਨੂੰ ਮਿਲੇ ਤੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪੰਜਾਬ ਸਰਕਾਰ ਨੇ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਪੁੱਤਰ ਦੀ ਖੂਨ ਨਾਲ ਲੱਤ-ਪੱਥਰ ਟੀ-ਸ਼ਰਟ ਪਾ ਕੇ ਅਦਾਲਤੀ ਪੇਸ਼ੀਆਂ ਤੇ ਜਾਣਾ ਸ਼ੁਰੂ ਕਰ ਦੇਣਗੇ ਦੁਖੀ ਪਿਤਾ ਨੇ ਆਪਣੇ ਕੁੜਤੇ ਤੇ ਵੀ ਜਸਟਿਸ ਫਾਰ ਸਿੱਧੂ ਲਿਖਵਾ ਲਿਆ ਕੁਰਤੇ ਤੇ ਇਹ ਵੀ ਲਿਖਿਆ ਹੈ ਮੂਸੇ ਵਾਲਿਆ ਜੇ ਤੂੰ ਮਸ਼ਹੂਰ ਹੋਇਆ ਤਾਂ ਹੀ ਸਾਡੀਆਂ ਅੱਖਾਂ ਤੋਂ ਅੱਜ ਦੂਰ ਹੋਇਆ ਪਿਤਾ ਬਲਕੌਰ ਸਿੰਘ ਨੇ ਗੈਂਗਸਟਰ ਲਾਰੈਂਸ ਵਿਸ਼ਨੋਈ ਦੇ ਵੱਲੋਂ ਕਾਲੇ ਰੰਗ ਦੀਆਂ ਐਨਕਾਂ ਲਾ ਕੇ ਪੇਸ਼ੀਆ ਭੁਗਤਣ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਅਸੀਂ ਉਸ ਗੈਂਗਸਟਰ ਨੂੰ ਭਾਰੀ ਸੁਰੱਖਿਆ ਹੇਠ ਚਿਹਰੇ ਤੇ ਬ੍ਰਾਂਡਡ ਐਨਕਾਂ ਲਾ ਕੇ ਪੇਸ਼ੀ ਭੁਗਤਣ ਜਾਂਦੇ ਨੂੰ ਦੇਖਦੇ ਹਾਂ ਤਸਾਡੇ ਦਿਲ ਤੇ ਕੀ ਬੀਤਦੀ ਐ ਅਸੀਂ ਹੀ ਜਾਣਦੇ ਆ ਗੈਂਗਸਟਰ ਬਿਸ਼ਨੋਈ ਦੇ ਵੱਲੋਂ ਜੇਲਾ ਵਿੱਚੋਂ ਇੱਕ ਨਿਊਜ਼ ਚੈਨਲ ਨੂੰ ਦੋ ਵਾਰੀ ਇੰਟਰਵਿਊ ਦੇਣ ਦੇ ਪੰਜ ਮਹੀਨੇ ਬੀਤਣ ਦੇ ਬਾਅਦ ਵੀ ਕਹਿੰਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਸਿਟ ਨੇ ਕੋਈ ਬਿਆਨ ਹਾਲੇ ਤੱਕ ਨਹੀਂ ਦਿੱਤਾ ਕਲ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ਦੇ ਕਤਲ ਨਾਲ ਜੁੜੀਆਂ ਤਸਵੀਰਾਂ ਵੀ ਦਿਖਾਈਆਂ ਉਹਨਾਂ ਨੇ ਕਿਹਾ ਕਿ ਉਹ ਨਿਆਂਪਾਲਿਕਾ ਦਾ ਸਤਿਕਾਰ ਕਰਦੇ ਨੇ ਰੱਬ ਤੋਂ ਬਾਅਦ ਉਹਨਾਂ ਨੂੰ ਸਿਰਫ ਨਿਆਂਪਾਲਿਕਾ ਦੇ ਵਿੱਚ ਵਿਸ਼ਵਾਸ ਹੈ ਤੇ ਇਹਨਾਂ ਵਿਸ਼ਵਾਸ ਹੈ ਕਿ ਇੱਕ ਦਿਨ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੂਗਾ ਜੇ ਸਰਕਾਰ ਨੇ ਕਹਿੰਦੇ ਨੀਤੀ ਨਾ ਬਦਲੀ ਤਾਂ ਮੈਂ ਹੁਣ ਆਪਣੇ ਪੁੱਤ ਦੇ ਖੂਨ ਨਾਲ ਲੱਤ-ਪੱਤ ਕੱਪੜੇ ਪਾ ਕੇ ਸੜਕਾਂ ਤੇ ਨਿਕਲੂਗਾ। ਉਹਨਾਂ ਦੇ ਮੰਨਿਆ ਵੀ ਅੱਧਾ ਪ੍ਰਸੰਤ ਲੋਕ ਹੈਗੇ ਜਿਹੜੇ ਇਹਨਾਂ ਦੇ ਨਾਲਲੇ ਹੋਏ ਨੇ। ਜੇ ਜਾਲੀ ਪਾਸਪੋਰਟ ਬਣਦਾ ਤਾਂ ਇੱਕ ਐਕਸੈਸ ਹੈਗਾ ਪੁਲਿਸ ਦੇ ਵਿੱਚ। ਇਹ ਗੱਲ ਉਹਨਾਂ ਨੇ ਮੰਨੀ ਹੈ ਔਰ ਡੀਜੀਪੀ ਸਾਉਂ ਹੋਣੀ ਦੇ ਧਿਆਨ ਚ ਲਿਆਂਦੀ ਹੈ। ਸਾਡੇ ਆਖੇ ਵਿੱਚ ਟਿਕਾਊ ਹੋਏ ਹੋਏ ਨੇ ਜਿਹੜੇ ਗੈਂਗਸਟਰਾਂ ਦੀ ਬੋਲੀ ਬੋਲਦੇ ਐ। ਸ਼ਾਇਦ ਉਹੀ ਬੋਲ ਨਾਰਦ ਦੀ ਹੋ ਜਣੀ ਗੈਂਗਸਟਰਾਂ ਤੋਂ ਗੱਲ ਦੇ। ਇਹੀ ਵਜ੍ਹਾ ਹੁੰਦਾ ਸੋਲਾ ਰਹ ਹੁੰਦਾ ਕਿਉਂਕਿ ਜਦੋਂ ਕਿਸੇ ਬੰਦੇ ਨੂੰ ਗਵਰਨਮੈਂਟ ਜੌਬ ਮਿਲ ਜਾਂਦੀ ਹੈ ਫਿਰ ਉਹ ਕਾਰਾਂ ਕੋਠੀਆਂ ਦੇ ਛੇਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਗਲਤ ਰਾਹੇ ਫੜ ਜਾਂਦਾ ਤਾਂ ਸਰਕਾਰ ਨੂੰ ਮਹਰੀ ਵੱਡੀ ਲੋੜ ਐ ਇਸ ਗੱਲ ਦੀ ਸਕਰੀਨਿੰਗ ਕਰਨ ਦੀ ਉਹਨਾਂ ਨੇ ਮੈਂ ਇੰਟਰਵਿਊ ਸੁਣੀ ਉਹ ਕਹਿੰਦੇ ਅੰਮ੍ਰਿਤਸਰ ਦਾ ਸਭ ਤੋਂ ਬড় ਨਾਮ ਰਜਿਸਟਰ ਹੈ ਜਿਹੜਾ ਜ਼ਮਾਨਤ ਦੇ ਉੱਤੇ ਆਇਆ ਹੋਇਆ ਉਹ ਫੰਕਸ਼ਨ ਕਰਦਾ ਤੇ ਸਾਡੇ ਡੀਐਸਪੀ ਜਾ ਕੇ ਸਾਡੇ ਐਸਐਚਓ ਜਾ ਕੇ ਉੱਥੇ ਥੁੱਕੇ ਲੋਂਦੇ ਕੋਪੜਾ ਹੋਏ ਨੱਕ ਤਾਂ ਦੇਖ ਲਿਆ ਕਰੋ ਤੁਹਾਡਾ ਸਟੇਟਸ ਕੀ ਐ ਉਹਨਾਂ ਦਾ ਕੀ ਹੈ ਕਿ ਪੈਸਾ ਹੀ ਸਭ ਕੁਝ ਵੱਡੀ ਗੱਲ ਹੋ ਗਈ ਤੁਸੀਂ ਉਹਨਾਂ ਦੀ ਕਾਲੀ ਕਮਾਈ ਲੈ ਲੈ ਕੇ ਆਪਣੇ ਬੱਚੇ ਵਿਦੇਸ਼ਾਂ 'ਚ ਸੈਟਲ ਕਰਨ ਲੱਗੇ ਹੋ ਹੰਕਰੇ ਘੱਟ ਕੇ ਦੇਖ ਲਓ ਪੁਲਿਸ ਦੇ 90% ਤੱਕ ਬੱਚੇ ਬਾਹਰ ਸੱਟ ਮਾਰੇ ਸਾਰੇ ਫਿਰ ਭਾਈ ਸਾਡੇ ਵਰਗੋਂ ਵਾਸਤੇ ਰੱਖੇ ਨੇ ਸਰਕਾਰ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦੀ ਹੈ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਬਲੂਪ੍ਰਿੰਟ ਤਿਆਰ ਹੋਣ ਦਾ ਦਾਵਾ ਕੀਤਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਪਰਸੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚੇ ਸਨ ਇਸ ਮੌਕੇ ਉਹਨਾਂ ਨੇ ਮਨਰੋਗ ਮਨੋਰੋਗ ਵਿਭਾਗ ਦੇ ਮਾਡਲ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਨਵੀਂ ਪਹੁੰਚ ਜਿਹੜੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਨਸ਼ਾ ਖਤਮ ਕਰਨ ਵਾਲੇ ਵਾਸਤੇ ਉਹਦੇ ਤਹਿਤ ਸੂਬੇ ਵਿੱਚ ਨਸ਼ਿਆਂ ਦੀ ਕਿਸਮ ਤੇ ਵਰਤੋਂ ਬਾਰੇ ਸਕੂਲਾਂ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਦਾ ਸੈਂਪਲ ਸਰਵੇ ਕਰਵਾਉਣ ਲਈ ਫੈਸਲਾ ਲਿਆ ਗਿਆ ਹੈ। ਸ਼ੁਰੂਆਤ ਪਟਿਆਲਾ ਤੋਂ ਹੋਵੇਗੀ ਤੇ ਸਰਵੇ ਦੌਰਾਨ ਸ਼ਾਮਲ ਕੀਤੇ ਜਾਣ ਵਾਲੇ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਮੰਤਰੀ ਨੇ ਦਾਵਾ ਕੀਤਾ ਕਿ ਸਰਕਾਰ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦੇ ਲਈ ਵਚਨਬੱਧ ਹੈ। ਐਨਾ ਹੀ ਨਹੀਂ ਕਹਿੰਦੇ ਨਸ਼ੇ ਤੋਂ ਨੌਜਵਾਨਾਂ ਨੂੰ ਹਟਾਉਣ ਤੋਂ ਬਾਅਦ ਉਹਨਾਂ ਦੇ ਮੁੜ ਵਸੇਬੇ ਲਈ ਨੌਕਰੀਆਂ ਦੇਣ ਸਮੇਤ ਉਹਨਾਂ ਨੂੰ ਹੁਨਰਮੰਦ ਬਣਾ ਕੇ ਸਵੈ ਰੋਜ਼ਗਾਰ ਦੇ ਲਈ ਸਹਾਇਤਾ ਵੀ ਸਰਕਾਰ ਦੇਵੇਗੀ ਜਿਹੜੀਆਂ ਮੁਹੱਲਾ ਕਮੇਟੀਆਂ ਤੇ ਪੰਚਾਇਤਾਂ ਨਸ਼ਾ ਮੁਕਤੀ ਲਈ ਸਰਕਾਰ ਦਾ ਸਾਥ ਦੇਣਗੀਆਂ ਉਹਨਾਂ ਨੂੰ ਵਿਸ਼ੇਸ਼ ਗ੍ਰਾਂਟਾਂ ਵੀ ਦਿੱਤੀਆਂ ਜਾਣਗੀਆਂ ਤੁਸੀਂ ਪਾਸੇ ਵਿਰੋਧੀ ਵੀ ਲਗਾਤਾਰ ਸਰਕਾਰ ਨੂੰ ਅਸਲਾਵਾ ਭੇਜ ਰਹੇ ਨੇ ਵਿਦਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਅਤੇ ਐਮ ਐਲ ਏ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਸੂਬੇ ਦੇ ਵਿੱਚ ਹੋਰ ਆਮ ਆਦਮੀ ਕਲੀਨਿਕ ਖੋਲਣ ਦੀ ਬਜਾਏ ਮੌਜੂਦਾ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਸਰਕਾਰ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ। ਹਾਲੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਜਿਦੇ ਵਿੱਚ ਡਾਕਟਰਾਂ ਜਾਂ ਹੋਰ ਮੈਡੀਕਲ ਸਟਾਫ ਦੀ ਮਦਦ ਤੋਂ ਬਿਨਾਂ ਹੀ ਆਮ ਆਦਮੀ ਕਲੀਨਿਕ ਵਿੱਚ ਇੱਕ ਔਰਤ ਦਾ ਜਣੇਪਾ ਦਿਖਾਇਆ ਗਿਆ ਸੀ। ਇਹਨਾਂ ਦਾ ਹਵਾਲਾ ਦਿੰਦਿਆਂ ਹੀ ਬਾਜਵਾ ਨੇ ਸਰਕਾਰ ਨੂੰ ਇਹ ਸਲਾਹ ਦਿੱਤੀ ਹੈ। ਕਾਂਗਰਸ ਪਾਰਟੀ ਦੇ ਵੱਲੋਂ ਅੱਜ ਫਿਰੋਜ਼ਪੁਰ ਦੇ ਵਿੱਚ ਰੋਸ ਮੁਜ਼ਾਰਾ ਵੀ ਕੀਤਾ ਜਾਵੇਗਾ ਹੜਪੀੜਤਾਂ ਦੇ ਹੱਕ ਵਿੱਚ ਕਾਂਗਰਸ ਪਾਰਟੀ ਵੱਲੋਂ ਖੜਨ ਦਾ ਦਾਵਾ ਜਿੱਥੇ ਕੀਤਾ ਜਾ ਰਿਹਾ ਹੈ ਉੱਥੇ ਹੀ ਹੜਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਜਿਹੜੇ ਹੜਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਲਗਾਤਾਰ ਰੋਸ ਮੁਜ਼ਾਰੇ ਵੀ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਅਕਾਲੀ ਦਲ ਦੇ ਵੱਲੋਂ ਵੀ ਕਈ ਵਾਰੀ ਰੋਸ ਮੁਜ਼ਾਰੇ ਕੀਤੇ ਗਏ ਨੇ ਕਾਂਗਰਸ ਪਾਰਟੀ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਅੱਜ ਸਵੇਰੇ 10 ਵਜੇ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਵਿਖੇ ਰੋਸ ਮੁਜ਼ਾਰਾ ਕਰਨ ਲਈ ਇਕੱਠੀ ਹੋਵੇਗੀ ਪੰਜਾਬ ਦੇ ਵਿੱਚ ਜਿੱਥੇ ਆਪ ਸਰਕਾਰ ਦੇ ਵੱਲੋਂ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰ ਦਿੱਤੀਆਂ ਨੇ ਤੇ ਇਸ ਕਰਕੇ ਸਰਕਾਰ ਵਿਰੋਧ ਦਾ ਸਾਹਮਣਾ ਵੀ ਕਰ ਰਹੀ ਹੈ ਪਰ ਇਸੇ ਦਰਮਿਆਨ ਪਿੰਡਾਂ ਦੇ ਵਿੱਚ ਸਰਗਰਮੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਪੰਚਾਇਤੀ ਚੋਣਾਂ ਸਾਰੀਆਂ ਸਿਆਸੀ ਤਰ੍ਹਾਂ ਦੇ ਲਈ ਅਗਨੀ ਪਰਖਿਆ ਹੋਣਗੀਆਂ ਪਿੰਡਾਂ ਦਾ ਸਿਆਸੀ ਮਾਹੌਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਆਵਾ ਬਦਲ ਗਿਆ ਹੈ ਤੇ ਐਤਕੀ ਪੰਚਾਇਤੀ ਚੋਣਾਂ ਦੇ ਵਿੱਚ ਮੁਕਾਬਲਾ ਚੌਕੋਣਾ ਹੋਣ ਦੇ ਪੂਰੇ ਪੂਰੇ ਅਸਾਰ ਨੇ ਕਿਉਂਕਿ ਭਾਜਪਾ ਵੀ ਵੋਟਰ ਕਾਰਡਰ ਕਾਇਮ ਕਰਨ ਦੇ ਲਈ ਪਿੰਡਾਂ ਦੇ ਵਿੱਚ ਪਹੁੰਚ ਕਰ ਰਹੀ ਹੈ ਹਾਕਮ ਤਿਰਤਾ ਜ਼ਾਹਿਰ ਤੌਰ ਤੇ ਪੰਚਾਇਤੀ ਚੋਣਾਂ ਦੇ ਵਿੱਚ ਹਮੇਸ਼ਾ ਮੋਰੀ ਹੀ ਰਹਿੰਦੀ ਹੈ ਤੇ ਐਤਕੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਲੰਬੀਆਂ ਲਾਈਨਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਆਮ ਆਦਮੀ ਪਾਰਟੀ ਨੇ ਜ਼ਿਆਦਾਤਰ ਪੰਚਾਇਤੀ ਚੋਣਾਂ ਸਰਬਸੰਮਤੀ ਨਾਲ ਕਰਵਾਉਣ ਦੀ ਮੁਹਿੰਮ ਚਲਾ ਰੱਖੀ ਹੈ ਤੋ ਇਹ ਚੋਣਾਂ ਜਿੱਥੇ ਸੱਤਾ ਤਬਦੀਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਦੇ ਲਈ ਪੈਰ ਜਮਾਉਣ ਲਈ ਚੁਣੌਤੀ ਹੋਣਗੀਆਂ ਉੱਥੇ ਹੀ ਹਾਕਮ ਧਿਰ ਦੀ ਵੀ ਇਹਨਾਂ ਚੋਣਾਂ ਦੇ ਵਿੱਚ ਪਰਖ ਹੋਵੇਗੀ ਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਜਾਂ ਫਿਰ ਨਹੀਂ ਖਾਸ ਕਰਕੇ ਪਿੰਡਾਂ ਦੇ ਲੋਕ ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਨੇ ਕੱਲ ਸੂਬੇ ਦੇ ਵਿੱਚ ਛੜਾਂ ਦੀ ਸਥਿਤੀ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਛੜਾਂ ਕਰਕੇ ਫਸਲਾਂ ਤੇ ਘਰਾਂ ਦੇ ਹੋਏ 6000 ਕਰੋੜ ਤੋਂ ਵੱਧ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ ਪੰਜ ਕਿਸਾਨ ਜਥੇਬੰਦੀਆਂ ਦੀ ਇਹ ਬੈਠਕ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚ ਹੋਈ ਤੇ ਕਿਸਾਨ ਲੀਡਰਾਂ ਨੇ ਆਉਂਦੀ 9 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਸਰਪਾਰਟੀ ਮੀਟਿੰਗ ਸੱਦ ਲਈ ਹੈ ਤੇ ਉਸ ਤੋਂ ਪਹਿਲਾਂ 4 ਸਤੰਬਰ ਨੂੰ ਜ਼ਿਲ੍ਹਾ ਪੱਧਰ ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾਣਗੇ ਇਸ ਮੌਕੇ ਕਿਸਾਨਾਂ ਨੇ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਦੀ بجائے 20 ਸਤੰਬਰ ਨੂੰ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਸਰਕਾਰ ਦੇ ਸਭ ਤੋਂ ਐਕਟਿਵ ਮੰਤਰੀ ਮੰਨੇ ਜਾਂਦੇ ਨੇ ਉਹਨਾਂ ਦਾ ਸ਼ਨੀਚਰਵਾਰ ਨੂੰ ਆਪਣੇ ਹਲਕੇ ਦੇ ਵਿੱਚ ਵਿਰੋਧ ਹੋਣ ਤੋਂ ਬਾਅਦ ਕੱਲ ਫੇਰ ਵਿਧਾਨ ਸਭਾ ਅਜਨਾਲਾ ਦੇ ਪਿੰਡ ਕਮਾਲਪੁਰ ਦੇ ਵਿੱਚ ਵਿਰੋਧ ਹੋਇਆ ਤੇ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਰਕਰਾਂ ਨੇ ਢਾਲੀਵਾਲ ਦਾ ਵਿਰੋਧ ਕੀਤਾ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਉੱਥੋਂ ਮੁੜਨਾ ਪਿਆ ਪਿੰਡ ਕਾਮਲਪੁਰਾ ਦੇ ਵਿੱਚ ਮੰਤਰੀ ਦੇ ਵਿਰੋਧ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਤੇ ਵਿਰੋਧੀ ਤਾਂ ਕਿਵੇਂ ਨਾ ਕਸਰਣ ਇਹ ਤਾਂ ਹੋ ਨਹੀਂ ਸਕਦਾ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਟਵੀਟ ਕੀਤਾ ਕਿ ਖਾਸ ਆਦਮੀ ਵਾਪਸ ਜਾਓ ਸਾਰਾ ਪੰਜਾਬ ਇਹੀ ਕਹਿ ਰਿਹਾ ਹੈ ਕਹਿੰਦੇ ਕਿਸਾਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਨੂੰ ਸ਼ੀਸ਼ਾ ਦਿਖਾਇਆ ਆਮ ਆਦਮੀ ਪਾਰਟੀ ਦੀ ਧੋਖੇਬਾਜ਼ ਰਾਜਨੀਤੀ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ ਦਰਅਸਲ ਪਿੰਡ ਕਾਮਲਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਦੇ ਵੱਲੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਖ-ਵੱਖ ਪ੍ਰੋਗਰਾਮ ਰੱਖੇ ਗਏ ਸੀ ਪਰ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਇੱਕ ਧੜੇ ਦੇ ਪ੍ਰੋਗਰਾਮ ਜਿਹੜਾ ਰਾਹ ਦੇ ਵਿੱਚ ਪਹਿਲਾਂ ਹੁੰਦਾ ਸੀ ਉੱਥੋਂ ਬਿਨਾਂ ਕਿਸੇ ਨੂੰ ਮਿਲਿਆ ਹੀ ਜਦੋਂ ਅੱਗੇ ਜਾਣ ਲੱਗੇ ਤਾਂ ਆਪ ਵਰਕਰ ਪੜਕ ਗਈ ਤੇ ਉਹਨਾਂ ਨੇ ਮੰਤਰੀ ਦੀ ਗੱਡੀ ਰੋਕ ਲਈ ਇਸ ਤਰ੍ਹਾਂ ਦੋਵਾਂ ਤਰ੍ਹਾਂ ਦੇ ਵਿਚਾਲੇ ਬਹਿਸ ਸ਼ੁਰੂ ਹੋ ਗਈ ਕੈਬਨਿਟ ਮੰਤਰੀ ਕਹਿੰਦੇ ਪੁਰਾਣੀ ਵਰਕਰਾਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸਨ ਜਿਸ ਕਰਕੇ ਰੋਹ ਦੇ ਵਿੱਚ ਆਏ ਵਰਕਰਾਂ ਨੇ ਥਾਲੇ ਵਾਲ ਵਿਰੋਧ ਨਾਰੇਬਾਜ਼ੀ ਕੀਤੀ ਤੇ ਅੱਗੇ ਤੋਂ ਪਿੰਡ ਵਿੱਚ ਨਾ ਵੜਨ ਦੀ ਚੇਤਾਵਨੀ ਦਿੱਤੀ ਇਸੇ ਕਰਕੇ ਮੰਤਰੀ ਸਾਹਿਬ ਨੇ ਉੱਥੋਂ ਜਾਣ ਦੇ ਵਿੱਚ ਹੀ ਭਲਾਈ ਸਮਝੀ ਪੰਜਾਬ ਯੂਥ ਕਾਂਗਰਸ ਨੇ ਪਾਰਟੀ ਦੇ ਦੋ ਮੀਤ ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਉਦੇਵ ਸਿੰਘ ਢਿੱਲੋਂ ਤੇ ਅਕਸ਼ੇ ਸ਼ਰਮਾ ਨੂੰ ਨੋਟਿਸ ਜਾਰੀ ਕਰਕੇ ਦੋ ਦਿਨਾਂ ਦੇ ਅੰਦਰ ਜਵਾਬ ਦੇਣ ਦੇ ਲਈ ਕਿਹਾ ਗਿਆ ਨੋਟਿਸ ਦੇ ਵਿੱਚ ਇਹਨਾਂ ਦੋਵ अनुशासनहीनता ਦਾ ਇਲਜ਼ਾਮ ਲਾਇਆ ਗਿਆ। ਜ਼ਾਹਿਰ ਤੌਰ ਤੇ ਨੋਟਿਸ ਮਿਲਣ ਤੋਂ ਬਾਅਦ ਯੂਥ ਕਾਂਗਰਸ ਦੇ ਵਿਚਾਰੇ ਪਹਿਲਾਂ ਹੀ ਜਿਹੜਾ ਦੁਫਾੜ ਪਿਆ ਸੀ ਉਸ ਦੇ ਹੋਰ ਵਧਣ ਦੀ ਸੰਭਾਵਨਾ ਹੈ। ਗੁਰਦਾਸਪੁਰ ਦੇ 21 ਸਾਲ ਦੇ ਨੌਜਵਾਨ ਕੁਮਰ ਅੰਮ੍ਰਿਤਵੀਰ ਸਿੰਘ ਨੇ ਬਰੂਸ ਲੀ ਦਾ ਰਿਕਾਰਡ ਤੋੜ ਦਿੱਤਾ ਹੈ। 21 ਸਾਲਾ ਪੰਜਾਬੀ ਨੌਜਵਾਨ ਨੇ ਪੁਸ਼-ਅਪ ਚ ਦੂਜੀ ਵਾਰੀ ਗਿਨੈਜ਼ ਵਰਲਡ ਰਿਕਾਰਡ ਦਰਜ ਕਰਵਾਇਆ ਹੈ। ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁਮਰ ਸੋਸ਼ਲ ਮੀਡੀਆ ਤੇ ਇੱਕ ਫਿਟਨੈਸ ਇਨਫਲੂਐਂਸਰ ਦੇ ਵਜੋਂ ਆਪਣੀ ਪਛਾਣ ਬਣਾ ਚੁੱਕਿਆ। ਕੁਮਰ ਨੇ 1 ਮਿੰਟ ਦੇ ਵਿੱਚ 10 ਕਿਲੋ ਤੋਂ ਉੱਤੇ ਭਾਰ ਚੁੱਕ ਕੇ 86 ਪੁਸ਼ਅਪ ਲਾ ਕੇ 83 ਪੁਸ਼ਅਪ ਦਾ ਬਰੂਸ ਲੀ ਦਾ ਰਿਕਾਰਡ ਤੋੜ ਕੇ ਆਪਣਾ ਨਾਮ ਗਿਨੀਸ ਬੁੱਕ ਆਫ ਔਲ ਰਿਕਾਰਡ ਦੇ ਵਿੱਚ ਦਰਜ ਕਰਵਾਇਆ। ਐਨਐਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਕੱਲ ਚੰਡੀਗੜ੍ਹ ਦੇ ਵਿੱਚ ਪੈਰਾਓਲੰਪਿਕ ਜੇਤੂ ਖਿਡਾਰੀ ਤਰुण ਸ਼ਰਮਾ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਜਿੱਥੇ ਮੌਕੇ ਤੇ ਮੌਜੂਦ ਖਿਡਾਰੀ ਨੇ ਆਪਣੀ ਕਾਬਲੀਅਤ ਦੇ ਆਧਾਰ ਤੇ ਜਿੱਤੇ ਕਈ ਮੈਡਲ ਵੀ ਦਿਖਾਏ ਉਥੇ ਹੀ ਸਿੱਧੂ ਨੇ ਦਾਵਾ ਕੀਤਾ ਕਿ ਇਸ ਖਿਡਾਰੀ ਨੂੰ ਸਰਕਾਰ ਨੇ 15 ਅਗਸਤ 2022 ਨੂੰ ਨੌਕਰੀ ਦੇਣ ਦਾ ਦਾਵਾ ਕੀਤਾ ਸੀ ਪਰ ਹਾਲੇ ਤੱਕ ਕੋਈ ਨੌਕਰੀ ਨਹੀਂ ਮਿਲੀ ਤਰुण ਕਰੀਬ 200 ਛੋਟੇ ਬੱਚਿਆਂ ਨੂੰ ਕਾਰਾਟੇ ਦੀ ਸਿਖਲਾਈ ਦਿੰਦਾ ਹੈ ਇੱਕ ਕੈਬਨਿਟ ਮੰਤਰੀ ਮੀਥੀਅਰ ਨੇ ਤਾਂ ਕਹਿੰਦੇ ਇਸ ਦਾ ਨੰਬਰ ਵੀ ਬਲੌਕ ਕਰ ਦਿੱਤਾ ਇਸ ਤੋਂ ਚੰਗਾ ਤਾਂ ਕਹਿੰਦੇ ਗੈਂਗਸਟਰ ਹੀ ਬਣ ਜਾਂਦਾ ਜੇ ਸਰਕਾਰ ਇਹਦੇ ਨਾਲ ਅਜਿਹਾ ਵਿਵਹਾਰ ਕਰ ਰਹੀ ਹੈ ਐਨਐਸਯੂਆਈ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਸਾਰ ਨਾ ਲਈ ਤਾਂ ਉਹ ਭੁਖ ਹੜਤਾਲ ਤੇ ਬੈਠਣਗੇ ਤਰਨੁਸ਼ਰਮਾ ਨੇ ਵੀ ਦੱਸਿਆ ਕਿ 27 ਸਾਲਾਂ ਤੋਂ ਖੇਡਾਂ ਛੇ ਸਾਲ ਲੈ ਰਿਹਾ ਹੁਣ ਤੱਕ 17 ਮੁਲਕਾਂ ਦੇ ਵਿੱਚ ਖੇਡ ਚੁੱਕਿਆ ਦੋ ਏਸ਼ੀਅਨ ਗ੍ਰਾਂਟੇ ਕਰਾਟੇ ਚੈਂਪੀਅਨਸ਼ਿਪ ਜਿੱਤਿਆ ਹੈ ਤੇ 15 ਦੇਸ਼ਾਂ ਵਿੱਚੋਂ ਤਗਮੇ ਜਿੱਤ ਚੁੱਕਿਆ ਜਦੋਂ ਕਹਿੰਦੇ ਏਸ਼ੀਆਈ ਖੇਡਾਂ ਵਿੱਚ ਉਹ ਜਿੱਤ ਕੇ ਆਇਆ ਤਾਂ ਬੱਸ ਸਟੈਂਡ ਤੇ ਕੋਈ ਤੋਡੇ ਅੱਗੇ ਮੈਂ ਬੈਠਾ ਮੈਨੂੰ ਟੂ ਟਾਈਮ ਪੈਰੇਲਾਈਜ਼ اٹੈਕ ਹੋ ਗਿਆ ਮੈਂ ਬੋਲ ਨਹੀਂ ਸਕਦਾ ਲੇਕਿਨ ਉੱਥੋਂ ਉੱਠ ਕੇ ਅੱਜ ਇੰਨਾ ਕੁਝ ਅਚੀਵ ਕਰਿਆ ਮੈਂ ਆਪਣੀ ਸੇਟ ਆਪਣੇ ਇੰਡੀਆ ਲਈ ਕਰਿਆ ਮੈਨੂੰ ਮਾਣ ਹੈ ਹਾਲਕੀ ਸਰਕਾਰ ਨੇ ਮੇਰੀ ਅਜਮੈ 27 ਸਾਲ ਹੋ ਗਏ ਗੇਮ ਕਰ ਰਿਹਾ 27 ਸਾਲ ਦੇ ਵਿੱਚ ਮੈਂ 17 ਕੰਟਰੀਆ ਖੇਡੇ ਹੋਇਆ 17 ਕੰਟਰੀਆ ਚੋ ਦੋ ਏਸ਼ੀਅਨ ਗੇਮ ਏਸ਼ੀਅਨ ਕਾਰਾਟੇ ਚੈਂਪੀਅਨਸ਼ਿਪ ਨੇ ਤੇ 15 ਕੰਟਰੀਆ ਜੋ ਮੈਂ ਮੈਡਲਿਸਟਾਂ ਮੇਰੀ 27 ਸਾਲ ਦੇ ਵਿੱਚ ਅਜੇ ਤੱਕ ਕਿਸੇ ਨੇ ਸੁਣਵਾਈ ਨਹੀਂ ਕਰੀ ਮੈਂ ਈਵਨ ਹੁਣਾ 15 ਗਾਸ ਨੂੰ ਮਾਨਤਾ ਪਿਛਲੀ 15 ਗਾਥੀ ਮਿਲੇ ਸੀ ਅੱਜ 1 ਸਾਲ ਹੋ ਗਿਆ ਤੇ ਹੁਣ ਤੱਕ ਮੈਨੂੰ ਅਜੇ ਕੁਝ ਮਿਲਿਆ ਨਹੀਂ ਨਾ ਕੈਸ਼ ਅਵਾਰਡ ਮਿਲਿਆ ਤੇ ਨਾ ਮੈਨੂੰ ਮੇਰਾ ਬੰਦਾ ਮਾਨ ਸਰ ਸਤਕਾਰ ਮਿਲਿਆ ਤੇ ਸੱਦਾ ਪੱਤਰ ਸੀਗਾ ਮਾਨ ਸਾਹਿਬ ਦਾ ਏਕਾ ਸੱਦਾ ਪੱਤਰ ਮੈਨਾਂ ਨੂੰ ਦਿਖਾਣਾ ਪਿਛਲੇ ਸਾਲ ਜਿਹੜਾ ਮੈਨੂੰ ਆਇਆ ਸੀ ਮਾਨਤਾ ਨੂੰ ਮਿਲਣ ਦਾ ਮਾਨਤਾ ਨੂੰ ਫਾਈਲ ਦਿੱਤੀ ਲੋਕਾਂ ਨੇ ਤੇ ਉਹਨਾਂ ਨੇ ਮੈਨੂੰ ਆਸਵਾਚਨ ਦਿੱਤਾ ਕਿ 1 ਮਹੀਨੇ ਦੇ ਵਿੱਚ ਤੈਨੂੰ ਨੌਕਰੀ ਤੇ ਅਡਜਸਟ ਕਰਾਂਗੇ ਬਟ ਹਜੇ ਤੱਕ ਇਹ ਜਾ ਕੁਝ ਨਹੀਂ ਹੋਇਆ ਅੱਜ ਪਿਛਲੀ 25 ਤਰੀਕ ਮੈਂ ਇੰਡੀਆ ਆਇਆ ਸੀਗਾ ਏਸ਼ੀਆ ਕਰਾਟੇ ਚੈਂਪੀਅਨਸ਼ਿਪ ਮਲੇਸ਼ੀਆ ਤੋਂ ਦਿੱਤੀ ਤੇ 53 ਕੰਟਰੀਆਂ ਉੱਥੇ ਆਈ ਸੀ ਜਿੱਦੇ ਜੋ ਬਰਾਊਨ ਨਾਡਲ ਮੈਂ ਲੈ ਕੇ ਆਇਆ ਮੈਨੂੰ ਬਸ ਸਟੈਂਡ ਤੇ ਇਵਨ ਕੋਈ ਪਿਕ ਕਰਨ ਤੱਕ ਨਹੀਂ ਆਇਆ ਸੋ ਦੂਜੇ ਪਾਸੇ ਉਤੋਂ ਬਾਅਦ ਗਿਆਨ ਆਂਦਾ ਕਿ ਜਿਹੜੀ ਗੇਮ ਜਿਹੜੀ ਮੇਰੀ ਕਰਾਟੇ ਗੇਮ ਹੈ ਉਹ ਪੰਜਾਬ 올림픽 ਦੇ ਵਿੱਚ ਨਹੀਂ ਹੈ ਕਿਉਂ ਮੈਂ ਮੰਨਦਾ ਕੀ ਪੰਜਾਬ 올림픽 ਦੇ ਵਿੱਚ ਕਰਾਟੇ ਗੇਮ ਨਹੀਂ ਹੈ ਉਹ ਤੋਂ ਬਾਅਦ ਨੀਤੀ ਅਰਥ ਸਾਹਿਬ ਲਾਈਵ ਹੋ ਕੇ ਕਹਿੰਦੇ ਨੇ ਕਿ ਜਿਹੜੀ ਗੇਮ ਏਸ਼ੀਆ ਦੇ ਵਿੱਚ ਖੇਡੀ ਜਾਊਗੀ ਜਿਹੜੀ ਗੇਮ 올림픽 ਦੇ ਵਿੱਚ ਖੇਡੀ ਜਾਊਗੀ ਅਸੀਂ ਉਹਨੂੰ ਮਾਨਤਾ ਪ੍ਰਾਪਤ ਦੇਵਾਂਗੇ ਤੇ ਉਹਦਾ ਮਾਨ ਸਨਦਚਾਰ ਤੇ ਉਹਨੂੰ ਜੋਬ ਪ੍ਰੋਵਾਈਡ ਕਰਾਵਾਂਗੇ ਮੈਂ ਆ ਆਮੈਂ ਲੈਟਰ ਚ ਕੀ ਵਰਦਾ ਇਹਦੇ ਵਿੱਚ ਇੰਡੀਅਨ 올림픽 ਦੇ ਵਿੱਚ 5ਵੇਂ ਨੰਬਰ ਤੇ ਗੇਮ ਹੈ ਏਸ਼ੀਆ ਦੇ ਵਿੱਚ ਕਰਾਟੇ ਰਿਕੋਨਾਈਜ਼ਡ ਨੇ ਐਸ਼ੀਂਦੀ ਐਂਟਰੀਆਂ ਤੱਕ ਉਹਨਾਂ ਨੇ ਐਤਕੀ ਕਾਰਟੇ ਦੀ ਮੰਗੀਆਂ ਨੇ ਪੰਜਾਬ ਦੀ ਨਾਮਵਰ ਲੇਖਕ ਤੇ ਸਾਹਿਤਕਾਰ ਦੇਸ਼ਰਾਜ ਕਾਲੀਦਾ ਦੇ ਹੱਥ ਹੋ ਗਿਆ ਦਲਿਤ ਸਾਹਿਦ ਦੇ ਵਿੱਚ ਵੱਖਰੀ ਪਛਾਣ ਰੱਖਣ ਵਾਲੇ ਦੇਸ਼ਰਾਜ ਕਾਲੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਪੰਜਾਬੀ ਤੇ ਹਿੰਦੀ ਦੀਆਂ ਅਖਬਾਰਾਂ ਦੇ ਵਿੱਚ ਉਹਨਾਂ ਨੇ ਬਤੌਰ ਪੱਤਰਕਾਰ ਵੀ ਕੰਮ ਕੀਤਾ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਸਹਿਯੋਗ ਨਾਲ ਦੇਸ਼ਰਾਜ ਦੇਸ਼ਰਾਜ ਕਾਲੀ ਨੇ ਗਦਰ ਇਤਿਹਾਸ ਬਾਰੇ ਲੰਬਾ ਸਮਾਂ ਲਿਖਿਆ ਤੇ ਮਿੱਠਾਪੁਰ ਦੇ ਰਹਿਣ ਵਾਲੇ ਦੇਸ਼ਰਾਜ ਕਾਲੀ ਨੂੰ ਪੱਤਰਕਾਰ ਇਤਿਹਾਸਕਾਰ ਸਮਾਜਿਕ ਤੇ ਸਿਆਸੀ ਟਿੱਪਣੀਕਾਰ ਵਜੋਂ ਜਾਣਿਆ ਜਾਂਦਾ ਸੀ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਨੂੰ ਪੂਰੇ ਜਲੰਧਰ ਵਿਖੇ ਕੀਤਾ ਜਾਊਗਾ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ